ਲੁਧਿਆਣਾ ਵਿਖੇ ਦਲਿਤ ਚਿੰਤਨ ਸ਼ਿਵਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦਲਿਤ ਹੈਲਪਲਾਈਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਸ਼੍ਰੀ ਉਧਵ ਰਾਜ MP ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਹੈ ਆਰਕਸ਼ਣ ਬਚਾਉਣ ਦਾ ਹੈ ਔਰ ਭਾਗੀਦਾਰੀ, ਇਨ ਵਰਗੋ ਕੀ ਭਾਗੀਦਾਰੀ ਹਰ ਖੇਤਰ ਮੇਂ ਹੋਣਾ ਚਾਹੀਏ। ਆਜ ਪੰਜਾਬ ਕੇ ਸੂਬੇ ਕੇ ਕੁਛ ਕਾਰਕਰਤਾ ਹੈ, ਉਨਕੋ ਯਹਾਂ ਪਰ ਉਨਕੀ ਬੈਠਕ ਰੱਖੀ ਗਈ ਹੈ, ਉਨਸੇ ਹਮ ਬਾਤਚੀਤ ਕਰੇਂਗੇ। ਯਹਾਂ ਰੋਹਿਤ ਸੋਨਕਰ ਜੀ ਹੈ, ਮੁੱਖ ਰੂਪ ਸੇ ਉਨਕੇ ਹੀ ਦੇਖ ਰੇਖ ਮੇਂ ਕਾਰਜਕ੍ਰਮ ਕੀਆ ਜਾ ਰਹਾ ਹੈ। ਲੁਧਿਆਣਾ ਦਾ ਬਾਬੀ ਕਾਠੀਆ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।